ਤੁਸੀਂ ਕੋਠੀ ਬਣਾ ਰਹੇ ਹੋ, ਤੁਹਾਡੇ ਮਨ ਦੇ ਵਿੱਚ ਡਾਊਟ ਰਹੂਗਾ ਯਾਰ ਅੱਜ ਤਾਂ ਆਪਾਂ ਐਡੀ ਮਹਿੰਗੀ ਟਾਈਲ ਸਿਲੈਕਟ ਕਰ ਲਈ, ਕੀ ਆਪਣੇ ਘਰੇ ਜਾ ਕੇ ਜੇਚੂ ਕੇ ਨਾ? ਬਿਲਕੁਲ, ਉਹ ਸਾਰਾ ਆਪਾਂ ਡਾਊਟ ਕਲੀਅਰ ਕਰਤਾ, ਲੱਗੀਆਂ ਪਈਆਂ ਨੇ, ਬੈਡਰੂਮ ਬਣਿਆ ਪਿਆ। 3D ਤਾਂ ਹੁੰਦੀ ਤੇ ਇੱਕ ਫੋਟੋਆਂ ਹੀ ਨੇ। ਬਿਲਕੁਲ ਜੀ, ਆਪਾਂ 3D ਨੂੰ ਖਤਮ ਕਰਕੇ ਐਗਜ਼ੈਕਟ ਲਾਈਵ ਕਨਸੈਪਟ ਲੈ ਕੇ ਆਏ ਹਾਂ। ਆਹ ਕਨਸੈਪਟ ਬਣਿਆ ਪਿਆ ਜੀ, ਹੁਣ ਆਹ ਚੀਜ਼ ਉਹ ਹੈ ਜਿਹੜੀ ਤੁਹਾਡੇ ਘਰੇ ਜਾ ਕੇ ਲੱਗਣੀ ਹੈ ਜੀ। ਇਹ 3D ਆਪਾਂ ਬਣਾ ਹੀ ਨਹੀਂ ਸਕਦੇ ਜੀ। ਹੁਣ ਇਹ ਟਾਈਲ ਤੁਸੀਂ ਟੱਚ ਕਰਕੇ ਦੇਖਿਓ, ਤੁਸੀਂ ਪਛਾਣ ਨਹੀਂ ਸਕਦੇ ਵੀ ਇਹ ਟਾਈਲ ਹੈ ਕਿ ਵਾਲਪੇਪਰ ਹੈ। ਜੀ, ਕੱਲ ਬਾਥਰੂਮਾਂ ਦੇ ਵਿੱਚ ਸਟੋਨ ਚੱਲ ਰਿਹਾ ਹੈ, ਆਹ ਸਟੋਨ ਜੀ, ਇਹ ਪ੍ਰੋਪਰ ਇੰਪੋਰਟਡ ਮਾਰਬਲ ਆ, ਸਾਰਾ ਕੁਆਰਟਜ਼ ਦੇ ਵਿੱਚ ਆਉਂਦਾ ਜੀ। ਠੀਕ ਹੈ ਜੀ, ਇਹ 'ਚੋਂ ਸਾਰੇ ਕਲਰਸ ਜਿਹੜਾ ਮਰਜ਼ੀ ਕਲਰ ਆ ਲਓ ਸਾਰੇ ਆਪਣੇ ਕੋਲ ਅਵੇਲੇਬਲ ਹੈ। ਸਭ ਤੋਂ ਵੱਡੀ ਗੱਲ ਆਪਣੇ ਸ਼ੋਰੂਮ ਦੀ, ਟਾਈਮ ਟੂ ਟਾਈਮ ਬਾਅਦ ਚੇਂਜ ਹੁੰਦਾ ਰਹਿੰਦਾ ਕਨਸੈਪਟ। ਆਪਣੇ ਕੋਲ ਵੀਰੇ ਗ੍ਰੇਨਾਈਟ 'ਚ ਸਾਰੇ ਕਲਰ ਪਏ ਹੈ, ਆਲਮੋਸਟ ਜਿੰਨੇ ਕਲਰ ਸਾਊਥ ਦੇ, ਬੈਂਗਲੋਰ, ਹੈਦਰਾਬਾਦ, ਖੰਮਮ, ਤੇਲੰਗਾਨਾ ਦੇ ਵਿੱਚ ਨਿਕਲਦੇ ਹੈ, ਸਾਰੇ ਕਲਰ ਆਪਣੇ ਕੋਲ ਲੱਗੇ ਹੋਏ ਪਏ। ਬੈੱਡ ਦੀ ਬੈਕ ਸਾਈਡ 'ਤੇ ਟਾਈਲ ਲਾਉਣੀ ਹੈ ਜੀ, ਆਹ ਫੀਚਰ ਬੋਲ ਤਿਆਰ ਹੈ। ਆਪਣੇ ਕੋਲ ਬਾਈ ਜੀ ਡਰਾਇੰਗ ਰੂਮ ਦਾ ਲਾਈਵ ਕਨਸੈਪਟ ਹੈ, ਕਿਚਨ ਦਾ ਹੋ ਗਿਆ, ਘੱਟੋ ਘੱਟ 80 ਬਾਥਰੂਮ ਹੋ ਗਏ ਲਾਈਵ ਕਨਸੈਪਟ। ਉਂਝ ਤਾਂ ਆਪਣੇ ਕੋਲ ਘੱਟੋ ਘੱਟ 2800-2900 ਡਿਜ਼ਾਈਨ ਲੱਗਿਆ ਹੋਇਆ, ਬਟ ਲਾਈਵ ਆਪਣੇ ਕੋਲ 80-85 ਕਨਸੈਪਟ ਬਾਥਰੂਮ ਲਾਈਵ ਲੱਗੇ ਹੋਏ ਨੇ। ਸਰ ਹੁਣ ਵਰਲਡ ਵਾਈਡ ਕੰਮ ਸਟਾਰਟ ਹੋ ਗਿਆ, ਹੁਣ ਕੈਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਵੀ ਤੁਸੀਂ ਟਾਈਲ ਮੰਗਵਾਉਣਾ ਚਾਹੁੰਦੇ ਹੋ ਅਸੀਂ ਭੇਜਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਇੰਡੀਆ ਦੀ ਨੰਬਰ 1 ਟਾਈਲ ਕੰਪਨੀ ਕਜਾਰੀਆ ਦੇ ਸ਼ੋਰੂਮ ਵਿੱਚ ਪਹੁੰਚਿਆ, ਜਿੱਥੇ ਤੁਹਾਨੂੰ ਅੱਜ ਬਹੁਤ ਹੀ ਵਧੀਆ ਲਾਈਵ ਡਿਸਪਲੇ ਦਿਖਾਵਾਂਗੇ ਵੀ ਕਿਹੜੀ ਚੀਜ਼ ਲੱਗ ਕੇ ਕਿਵੇਂ ਤੁਹਾਡੇ ਘਰ ਦੇ ਵਿੱਚ ਲੱਗੂਗੀ। ਅਤੇ ਆ ਜਾਓ ਆਪਾਂ ਗੱਲਬਾਤ ਕਰਦੇ ਹਾਂ। ਬਹੁਤ ਸਾਰੇ ਡਿਜ਼ਾਈਨ ਕਲਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ, ਅਤੇ ਆਪਾਂ ਲਾਈਵ ਡਿਸਪਲੇ ਵੀ ਤੁਹਾਨੂੰ ਦਿਖਾਵਾਂਗੇ ਅਤੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਅਤੇ ਆਪਾਂ ਲੋਕੇਸ਼ਨ ਦੱਸ ਦਈਏ ਸ਼ੋਰੂਮ ਦੀ। ਆਪਾਂ ਬਾਈ ਜੀ ਮਾਨਸਾ ਕੈਂਚੀਆਂ ਅਤੇ ਹਰਦੇਵ ਮਾਰਬਲ ਇੰਡਸਟਰੀਜ਼, ਜਿਹੜਾ ਕਿ ਕਜ਼ਾਰੀਆ ਦਾ ਐਕਸਕਲੂਸਿਵ ਸ਼ੋਰੂਮ ਬਣਿਆ ਹੋਇਆ ਹੈ, ਮਾਨਸਾ ਤੋਂ ਚੰਡੀਗੜ੍ਹ ਜਾਂਦੇ ਹੋ ਹਾਈਵੇ 'ਤੇ ਜੀ। ਬਾਈ ਜੀ, ਜੇ ਗੱਲ ਕਰੀਏ ਪਹਿਲੀ, ਆਪਣੇ ਕੋਲ ਕਿੰਨੇ ਲਾਈਵ ਡਿਸਪਲੇ ਦੇ ਜਿਹੜੇ ਕਾਊਂਟਰ ਲੱਗੇ ਹੋਏ ਨੇ? ਆਪਣੇ ਕੋਲ ਬਾਈ ਜੀ ਡਰਾਇੰਗ ਰੂਮ ਦਾ ਲਾਈਵ ਕਨਸੈਪਟ ਹੈ, ਕਿਚਨ ਦਾ ਹੋ ਗਿਆ, ਘੱਟੋ ਘੱਟ 80 ਬਾਥਰੂਮ ਹੋ ਗਏ ਲਾਈਵ ਕਨਸੈਪਟ। ਉਂਝ ਤਾਂ ਆਪਣੇ ਕੋਲ ਘੱਟੋ ਘੱਟ 2800-2900 ਡਿਜ਼ਾਈਨ ਲੱਗਿਆ ਹੋਇਆ, ਬਟ ਲਾਈਵ ਆਪਣੇ ਕੋਲ 80-85 ਕਨਸੈਪਟ ਬਾਥਰੂਮ ਲਾਈਵ ਲੱਗੇ ਹੋਏ ਨੇ ਜੀ। ਬਾਈ, ਜੇ ਹੁਣ ਗੱਲ ਕਰੀਏ, ਜਿਵੇਂ ਨਾ ਮੈਂ ਘਰਾਂ 'ਚ ਜਾਂਦਾ, ਹਾਂਜੀ, ਜਦੋਂ ਮੈਂ ਉਹਨਾਂ ਦਾ ਇੰਟੀਰੀਅਰ ਦੀ ਡਰਾਇੰਗ ਦੇਖਦਾ, ਇੰਟੀਰੀਅਰ ਡਿਜ਼ਾਈਨਰ ਦੀ, ਤੇ ਇੰਟੀਰੀਅਰ ਬਣਿਆ ਦੇਖਦਾ ਜਿਵੇਂ ਟੈਲਾਂ ਜਾਂ ਬੁੱਢ ਕੋਈ ਕਿਸੇ ਤਰ੍ਹਾਂ ਦਾ ਲੱਗਿਆ ਹੁੰਦਾ, ਹਾਂਜੀ, ਪਰ ਉਹ ਦੋਨਾਂ ਨਾਲ ਮਿਸਮੈਚ ਹੁੰਦਾ, ਮੈਚ ਨਹੀਂ ਕਰਦਾ, ਉਹਦਾ ਕੀ ਕਾਰਨ ਹੁੰਦਾ? ਉਹਦਾ ਕਾਰਨ ਬਾਈ ਜੀ ਇਹ ਹੈ, ਹੁਣ ਇੰਟੀਰੀਅਰ ਡਿਜ਼ਾਈਨਰ ਕੋਲ ਜਾਂਦੇ ਹੋ, 3D ਬਣਾ ਕੇ ਦੇ ਦੂਗਾ ਜੀ। ਬਾਈ, 3D ਤਾਂ ਹੁੰਦੀ ਤੇ ਕਿ ਫੋਟੋਆਂ ਹੀ ਨੇ। ਬਿਲਕੁਲ ਜੀ, ਆਪਾਂ 3D ਨੂੰ ਖਤਮ ਕਰਕੇ ਐਗਜ਼ੈਕਟ ਲਾਈਵ ਕਨਸੈਪਟ ਲੈ ਕੇ ਆਏ ਹਾਂ, ਜਿਹੜਾ ਕਿ ਤੁਹਾਡੇ ਘਰੇ ਲੱਗਣਾ। ਬਿਲਕੁਲ ਜੀ, ਹੁਣ ਆਹ ਕਨਸੈਪਟ ਬਣਿਆ ਪਿਆ ਜੀ, ਹੁਣ ਆਹ ਚੀਜ਼ ਉਹ ਹੈ ਜਿਹੜੀ ਤੁਹਾਡੇ ਘਰੇ ਜਾ ਕੇ ਲੱਗਣੀ ਹੈ। ਇਹ 3D ਆਪਾਂ ਬਣਾ ਹੀ ਨਹੀਂ ਸਕਦੇ ਦੀ ਲਾਈਵ। ਬਿਲਕੁਲ ਜੀ, ਬਿਲਕੁਲ, ਹੁਣ ਇਹ ਪ੍ਰੋਪਰ ਲਾਈਵ ਸਿਸਟਮ ਲੱਗਿਆ ਪਿਆ, ਜਿਹੜਾ ਕਿ ਰਿਜ਼ਲਟ 3-4 ਮਹੀਨਿਆਂ ਬਾਅਦ ਆਪਣੇ ਘਰੇ ਲੱਗਣਾ, ਉਹ ਤੁਹਾਨੂੰ ਦਿਖਾਤਾ ਆਪਾਂ। ਪਹਿਲੀ ਦੱਸਤਾ ਵੀ ਆਹ ਚੀਜ਼ ਐਂ ਲੱਗੂ, ਆਹ ਚੀਜ਼ ਐਂ ਲੱਗੂ, ਇਹਦੀ 3D ਕੀ ਰੀਸ ਕਰੂ? 3D ਕੀ ਰੀਸ ਕਰੂ? ਇਹ ਪ੍ਰੋਪਰ ਉਹ ਚੀਜ਼ ਲੱਗੀ ਹੋਈ ਹੈ ਜਿਹੜੀ ਆਪਣੇ ਘਰੇ ਲੱਗਣ ਤੋਂ ਬਾਅਦ ਆਣੀ ਹੈ। ਬਿਲਕੁਲ ਜੀ, ਬਿਲਕੁਲ, ਮਤਲਬ ਤੁਸੀਂ ਕਲਰ ਚੇਂਜ ਕਰ ਸਕਦੇ ਹੋ, ਡਿਜ਼ਾਈਨ ਚੇਂਜ ਕਰ ਸਕਦੇ ਹੋ, ਪਰ ਤੁਹਾਨੂੰ ਇੱਕ ਆਈਡੀਆ ਮਿਲ ਜਾਂਦਾ ਯਾਰ ਵੀ ਆਹ ਚੀਜ਼ ਐਂ ਲੱਗੂਗੀ, ਤੁਹਾਡਾ ਸਮਾਂ ਬਚ ਗਿਆ ਸਿੱਧੀ। ਹਾਂ, ਇਹਦੇ ਵਿੱਚ ਫੀਲ ਆਪਾਂ ਨੂੰ ਉਹੀ ਆਊਗਾ ਜਿਹੜਾ ਆਪਣੇ ਅਸਲ ਬਾਥਰੂਮ ਦੇ ਵਿੱਚ ਰਿਜ਼ਲਟ ਆਉਣਾ। ਬਿਲਕੁਲ ਬਾਈ ਜੀ, ਬਿਲਕੁਲ। ਹੁਣ ਜਿਵੇਂ ਆਹ ਟਾਈਲ ਹੈ ਜੀ, ਹੁਣ ਇਹ ਟਾਈਲ ਤੁਸੀਂ ਟੱਚ ਕਰਕੇ ਦੇਖਿਓ, ਤੁਸੀਂ ਪਛਾਣ ਨਹੀਂ ਸਕਦੇ ਵੀ ਇਹ ਟਾਈਲ ਹੈ ਕਿ ਵਾਲਪੇਪਰ ਹੈ, ਮਤਲਬ ਦੇਖਣ ਨੂੰ ਮੇਰੇ ਵਾਲਪੇਪਰ ਲੱਗਦਾ ਹੈ ਕਿ ਟਾਈਲ ਹੈ। ਲੱਗੂ ਟਾਈਲ, ਕੀ ਬਾਤ! ਹੁਣ ਜਿਵੇਂ ਅੱਜ ਕੱਲ੍ਹ ਜਿਹੜੇ 5D ਜਿਵੇਂ ਬਾਥਰੂਮ ਬਣਦੇ ਨੇ, ਜਿਵੇਂ 5-star ਹੋਟਲਾਂ 'ਚ ਬਣਦੇ ਨੇ, ਜਿਵੇਂ ਇੱਕ ਦੀਵਾਰ ਤੇ ਹਾਈਲਾਈਟਰ ਲਗਾ ਕੇ ਉਵੇਂ ਆਪਾਂ ਇਹਨੂੰ ਫਰਸ਼ ਦੇ ਤਾਰਤਾ LED। ਠੀਕ ਹੈ, ਜਿਵੇਂ ਬੰਦਾ ਇੱਥੇ ਖੜਾ ਹੈ ਵਾਸ਼ ਬੇਸ਼ਨ ਦੇ ਮੂਹਰੇ, ਬ੍ਰਸ਼ ਕਰ ਰਿਹਾ ਜਾਂ ਕੁਝ ਵੀ, ਹੱਥ ਧੋ ਰਿਹਾ, ਉਹਨੂੰ ਪੂਰਾ ਫੀਲ ਆਊਗਾ ਵੀ ਹਾਂ ਯਾਰ ਮੈਂ ਖੜਾ ਕਿਤੇ। ਨਾਲੇ ਜਿਵੇਂ ਸੈਲਫੀ ਦਾ ਸ਼ੌਕੀਨ ਨੇ ਲੋਕ ਅੱਜ ਕੱਲ੍ਹ ਆ ਲੈਣੇ ਕਰਨੀ, ਇੱਥੋਂ ਚੀਜ਼ ਘੈਂਟ ਆਊ ਬਣੀ, ਪੂਰੀ ਪੂਰੀ ਸਰ ਆਊਗੀ ਜੀ ਜੀ। ਤੇ ਆਹ ਦੋਸਤ ਤੁਸੀਂ ਨਾਲ ਨਾਲ ਨਾ ਸਾਰੇ ਡਿਸਪਲੇ ਦੇਖ ਸਕਦੇ ਹੋ,
ਹਰ ਇੱਕ ਦੇ ਵਿੱਚ ਤੁਹਾਨੂੰ ਅਲੱਗ ਟੇਸਟ ਮਿਲੂਗਾ ਤੇ ਅਲੱਗ ਤਰ੍ਹਾਂ ਦੀ ਚੀਜ਼ ਮਿਲੂਗਾ ਬਈ। ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਈਏ ਵੀ ਬਹੁਤ ਪਿਆਰਾ ਬਣਾਇਆ ਹੋਇਆ ਹੈ ਬਈ। ਆਪਣਾ ਸ਼ੋਰੂਮ ਦਾ ਪੂਰਾ ਟੌਪ ਕਨਸੈਪਟ ਹੈ ਜਿਹਦੇ ਵਿੱਚ ਟਾਈਲ ਉਹੀ ਹੈ ਜੀ। ਆਪਣਾ ਜਿਹੜਾ ਆਰਕੀਟੈਕਟ ਹੈ ਬੰਬੇ ਤੋਂ ਆਉਂਦਾ ਹੈ, ਉਹਦਾ ਕੰਮ ਕੀ ਹੈ, ਨਵੇਂ ਤੋਂ ਨਵਾਂ ਸਟਾਈਲ ਆਪਾਂ ਕਿੱਦਾਂ ਕਰ ਸਕਦੇ ਹਾਂ। ਹੁਣ ਉਹ ਟਾਈਲ ਹੋਈ ਹੈ, ਇਹਨੂੰ ਵਾਟਰਫਾਲ ਕਟਿੰਗ ਕਰਕੇ ਲਾਇਆ ਹੋਇਆ। ਕੀ ਬਾਤ ਹੈ ਜੀ, ਤੇ ਚੀਜ਼ ਅਲਟੀਮੇਟ ਹੈ ਚੀਜ਼। ਹੁਣ ਅੱਜ ਕੱਲ੍ਹ ਬਾਥਰੂਮਾਂ ਦੇ ਵਿੱਚ ਸਟੋਨ ਚੱਲ ਰਿਹਾ, ਆਹ ਸਟੋਨ ਲੱਗਿਆ ਹੋਇਆ। ਠੀਕ ਹੈ ਜੀ, ਹਲਕਾ ਜਿਹਾ ਸਟੋਨ ਦੇ ਕੇ, ਹਲਕੀ ਲੁੱਕ ਦੇ ਕੇ ਬਾਥਰੂਮ ਤਿਆਰ ਹੈ ਜੀ ਬਈ। ਹੁਣ ਇਹ ਕਨਸੈਪਟ ਅੱਜ ਤੋਂ ਜਿਹੜਾ ਜਦੋਂ ਤੁਹਾਡਾ ਬਾਥਰੂਮ ਬਣੂਗਾ, 5 ਮਹੀਨਿਆਂ ਬਾਅਦ ਰਿਜ਼ਲਟ ਆਊਗਾ। ਕਿਉਂਕਿ ਬਾਥਰੂਮ ਬਣਨ ਤੋਂ ਬਾਅਦ ਜਿਵੇਂ ਲਾਈਟਾਂ ਦਾ ਕੰਮ ਹੋ ਗਿਆ, ਫਰਸ਼ਾਂ ਦਾ ਕੰਮ ਹੋ ਗਿਆ, ਸਾਫ਼ ਸਫਾਈ ਹੋ ਗਈ, ਜਿਹੜਾ ਅਸਲੀ ਰਿਜ਼ਲਟ ਹੈ ਉਦੋਂ ਬਾਅਦ ਆਊਗਾ। ਉਸ ਨੂੰ ਆਪਾਂ ਮੌਕੇ ਦਿਖਾਤਾ, ਆਹ ਰਿਜ਼ਲਟ ਬਣ ਕੇ ਆਊਗਾ। ਕੀ ਬਾਤ ਹੈ ਜੀ, ਇਹਦੀ ਕੀ ਰੀਸ ਕਰੂ 3D ਜੀ। ਅਤੇ ਬਈ ਤੁਹਾਡੇ ਕੋਲ ਤਾਂ ਡੇਲੀ ਬੇਸ 'ਤੇ ਬਹੁਤ ਸਾਰੇ ਜਿਵੇਂ ਗਾਹਕ ਆਉਂਦੇ ਨੇ, ਵੀ ਅੱਜ ਕੱਲ੍ਹ ਟ੍ਰੈਂਡਿੰਗ 'ਚ ਚੱਲ ਕੀ ਰਿਹਾ ਜ਼ਿਆਦਾ ਲੋਕ, ਜਿਵੇਂ ਹੁਣ ਵਾਸ਼ਰੂਮ 'ਤੇ ਆਪਾਂ ਕਨਸੈਪਟ 'ਤੇ ਫਿਰ, ਹਾਂਜੀ ਹਾਂਜੀ, ਕੀ ਜ਼ਿਆਦਾ ਲੋਕ ਜਿਹੜਾ ਪ੍ਰੈਫਰ ਕਰਦੇ ਨੇ ਅੱਜ ਕੱਲ੍ਹ? ਵੀਰੇ ਲੋਕ ਸਿੰਪਲ ਸੋਬਰ ਅਤੇ ਲੌਂਗ ਡਿਊਰੇਬਿਲਟੀ ਪਸੰਦ ਕਰਦੇ ਨੇ, ਵੀ ਸਾਡਾ ਬਾਥਰੂਮ ਬਣਿਆ ਵਧੀਆ ਸੋਹਣੀ ਲੁੱਕ ਆਵੇ ਅਤੇ ਸਿੰਪਲ ਜਿਹਾ ਰਹੇ, ਸਿੰਪਲ ਜਿਹਾ ਰਹੇ। ਉਹਦੇ ਵਿੱਚ ਜਿਵੇਂ ਆਹ ਹਾਈਲਾਈਟਰ ਆ ਗਏ, ਇਹ ਹਲਕਾ ਜਿਹਾ ਜਿਵੇਂ ਜਿੱਥੇ ਆਪਣਾ ਸ਼ੀਸ਼ਾ ਲੱਗਣਾ ਉੱਥੇ ਹਾਈਲਾਈਟਰ ਆਏਗਾ, ਜਿਵੇਂ ਹਲਕਾ ਜਿਹਾ ਸੀਟ ਦੇ ਪਿੱਛੇ ਹਾਈਲਾਈਟਰ ਆ ਗਿਆ। ਠੀਕ ਹੈ ਜੀ, ਬਾਕੀ ਸਾਰਾ ਸਿੰਪਲ ਲਾਈਟ ਸੋਬਰ ਹੈ ਤੇ ਚੀਜ਼ ਅਗਲੇ ਦੀ ਬਾਂਝੂ, ਜਿਵੇਂ 5-star ਹੋਟਲ 'ਚ ਖੜਾ ਅਗਲਾ। ਬਿਲਕੁਲ ਜੀ, ਜੇ ਹੁਣ ਆਹ ਬਾਥਰੂਮ ਦੇਖੋ ਜੀ, ਸਿੰਪਲ ਸੋਬਰ ਤੇ ਪੂਰਾ ਘੈਂਟ ਬਣਿਆ ਪਿਆ। ਬਿਲਕੁਲ ਜੀ, ਜਿਹੜਾ ਤੁਹਾਡੇ ਘਰ ਰਿਜ਼ਲਟ ਆਉਣਾ ਹੈ ਉਹ ਤੁਹਾਨੂੰ ਮੌਕੇ 'ਤੇ ਦਿਖਾ ਦਿੱਤਾ ਜਾਊਗਾ ਵੀ ਆਹ ਚੀਜ਼ ਬਣ ਗਈ। ਮਤਲਬ ਇਹ ਸਮਾਂ ਬੰਦੇ ਦਾ ਆਪਾਂ ਇੰਨਾ ਬਚਾਤਾ ਵੀ ਜਦੋਂ ਆ ਗਿਆ ਉਹਨੂੰ ਪਤਾ ਲੱਗ ਜੂ ਯਾਰ ਮੈਨੂੰ ਆਹ ਚੀਜ਼ ਚਾਹੀਦੀ। ਬਾਈ ਜੀ, ਤੁਸੀਂ ਸਮੇਂ ਦੀ ਗੱਲ ਕਰਦੇ ਹੋ, ਆਪਾਂ ਸਮਾਂ, ਪੈਸਾ, ਆਰਕੀਟੈਕਟ, 3D ਦੇ ਸਾਰੇ ਪੈਸੇ ਬਚਾ ਦੇ। ਹਾਂਜੀ, ਇੱਥੇ ਆਓ, ਬਣਿਆ ਪਿਆ, ਬਸ ਆਹ ਚੀਜ਼ ਤੁਹਾਨੂੰ ਅਸੀਂ ਬਣਾ ਕੇ ਦੇ ਦਾਂਗੇ, ਤੁਹਾਡੇ ਘਰ ਜਾ ਕੇ ਬਣ ਜੂ। ਕੀ ਬਾਤ ਹੈ ਜੀ, ਤੇ ਬਾਈ ਇੱਕ ਅੱਜ ਕੱਲ ਨਾ ਟਫਨ ਗਲਾਸ ਦਾ ਵੀ ਬਹੁਤ ਟ੍ਰੈਂਡ ਚੱਲ ਰਿਹਾ ਹੈਗਾ, ਵਾਸ਼ਰੂਮ ਜੀ ਦੇਖਦੇ ਆ, LED LCD ਲਵਾਉਣ ਦੇ ਲੋਕ। ਹਾਂਜੀ ਹਾਂਜੀ, ਟਫਨ ਗਲਾਸ ਲਾਦਾ, ਉਹਦੇ ਨਾਲ ਜਿਹੜੀ ਟਾਈਲਾਂ ਨੂੰ ਕਿਵੇਂ ਫਿੱਟ ਕਰਦੇ ਆ ਆਪਾਂ ਅੱਜ ਕੱਲ? ਵੀਰੇ ਆਹ ਤੁਹਾਡੀ ਗੱਲ ਸਹੀ ਹੈ, ਜਿਵੇਂ ਵੈਟ ਏਰੀਆ ਤੇ ਡਰਾਈ ਏਰੀਆ ਅਲੱਗ ਅਲੱਗ ਹੋ ਜਾਂਦਾ ਅੱਜ ਕੱਲ, ਵੱਡੇ ਵਾਸ਼ਰੂਮ ਬਣਦੇ ਨੇ। ਹਾਂ, ਵੱਡੇ ਵਾਸ਼ਰੂਮ ਬਣਦੇ ਨੇ ਜੀ। ਹੁਣ ਜਿਵੇਂ ਆਹ ਵਾਸ਼ਰੂਮ ਹੈ, ਹਾਂਜੀ, ਆਹ ਪ੍ਰੋਪਰ ਬਣਿਆ ਪਿਆ। ਠੀਕ ਹੈ ਜੀ, ਇਹਦੇ ਵਿੱਚ ਇੱਥੇ ਟਫਨ ਗਲਾਸ ਲੱਗ ਜੂਗਾ। ਠੀਕ ਹੈ ਜੀ, ਇੱਥੇ ਟਫਨ ਗਲਾਸ ਲਾ ਕੇ ਆਹ ਤੁਹਾਡੀ ਸ਼ਾਵਰ ਵੋਲ ਬਣ ਜੂਗੀ। ਠੀਕ, ਆਹ ਸ਼ਾਵਰ ਵੋਲ ਤੇ ਆਹ ਸ਼ਾਵਰ ਫਲੋਰ। ਠੀਕ ਹੈ ਜੀ, ਅਗਲੇ ਨੂੰ ਜਦੋਂ ਨਹਾਊਗਾ ਅਗਲੇ ਨੂੰ ਅਲੱਗ ਹੀ ਫੀਲ ਆਊਗਾ, ਇੱਥੇ ਇੱਥੇ ਟਫਨ ਲੱਗਿਆ ਹੋਊਗਾ। ਠੀਕ ਹੈ ਜੀ, ਵੱਡੇ ਵੱਡੇ ਹੋਟਲਾਂ 'ਚ ਜਿਵੇਂ ਹੁੰਦਾ ਨਾ, ਦੂਜੇ ਪਾਸੇ ਪਾਣੀ ਨਹੀਂ ਹੁੰਦਾ। ਹਾਂ, ਉਹ ਆਹੀ ਚੀਜ਼ ਹੈ, ਇਹਦਾ ਫਲੋਰ ਆਪਾਂ ਅਲੱਗ ਕਰਤਾ। ਠੀਕ, ਬਾਕੀ ਡਰਾਈ ਏਰੀਆ ਦਾ ਫਲੋਰ ਅਲੱਗ ਹੋ ਜੂਗਾ। ਠੀਕ ਹੈ, ਤੇ ਚੀਜ਼ 5-star ਹੋਟਲ ਇਹ ਵੀ ਕਹਿਣਾ ਵਧੀਆ ਅੱਜ ਕੱਲ੍ਹ ਕਨਸੈਪਟ ਚੱਲ ਰਿਹਾ, ਟਾਈਲਾਂ ਉਹੀ ਨੇ ਪਰ ਲੋਨ ਦਾ ਤਰੀਕਾ ਹੋਰ ਹੈ। ਠੀਕ ਹੈ ਜੀ, ਜਿਵੇਂ ਆਪਾਂ ਪੇਸ਼ ਕੀਤਾ ਹੋਇਆ ਆ ਤੁਹਾਡੇ ਸਾਹਮਣੇ ਹੈ। ਅੱਛਾ, ਇਹ ਉਸੇ ਦੀ ਪ੍ਰੋਸੈਸ ਆ, ਬਸ ਆਪਾਂ ਉਹ ਟਫਨ ਨਹੀਂ ਲਾਇਆ ਹੋਇਆ, ਟਫਨ ਲੱਗ ਜਾਏਗਾ, ਟਫਨ ਲੱਗ ਜੂਗਾ, ਚੀਜ਼ ਆਪਾਂ ਪਹਿਲੀ ਬਣਾ ਕੇ ਰੱਖੀ ਹੋਈ ਚੀਜ਼ ਆਪਾਂ ਪਹਿਲੀ ਬਣਾ ਕੇ। ਠੀਕ ਹੈ ਜੀ, ਲਓ ਵੀ ਦੋਸਤੋ, ਇੱਧਰੋਂ ਤਾਂ ਸਾਰੇ ਬਾਥਰੂਮ ਦੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਤੁਹਾਨੂੰ ਦਿਖਾਏ ਨੇ। ਇਸ ਤੋਂ ਅੱਗੇ ਮਤਲਬ ਵੀਡੀਓ ਇੱਥੇ ਨਹੀਂ ਖਤਮ ਹੁੰਦੀ, ਇਸ ਤੋਂ ਅੱਗੇ ਆਪਾਂ ਤੁਹਾਨੂੰ ਲਾਈਵ ਡਰਾਇੰਗ ਰੂਮ, ਬੈੱਡਰੂਮ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਵਾਂਗੇ, ਅਤੇ ਜਿਹੜੇ ਹਜੇ ਡਿਜ਼ਾਇਨ ਪਏ ਨੇ ਜਿਵੇਂ ਆਮ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ, ਇਕੱਲੇ ਡਿਜ਼ਾਇਨ ਦੇਖਣ ਨੂੰ ਮਿਲਦੇ ਆ, ਉਹ ਤਾਂ ਬਾਈ ਹੋਰਾਂ ਕੋਲ ਪਤਾ ਨਹੀਂ ਕਿੰਨੇ ਕੁ ਪਏ ਨੇ, ਪਰ ਹਜੇ ਆਪਾਂ ਪਹਿਲਾਂ ਇੱਧਰੋਂ ਤੁਹਾਨੂੰ ਲਾਈਵ ਦਿਖਾ ਦਈਏ ਇੱਕ ਵਾਰ। ਸੋ ਬਾਈ ਨਜ਼ਾਰਾ ਦੇਖੋ, ਚੀਜ਼ਾਂ ਪੇਸ਼ ਨੇ, ਸਾਰਾ ਕੁਝ ਬਣਿਆ ਪਿਆ। ਬਿਲਕੁਲ, ਆਹ ਸੀਟ ਪਿੱਛੇ ਹਾਈਲਾਈਟ ਕਿੱਦਾਂ ਲੱਗੇਗਾ। ਹੁਣ ਆਪ ਐਕਸਟਰਾ ਚੀਜ਼ ਕੀਤੀ ਹੈ ਸ਼ਾਵਰ ਵਾਲ ਵਾਸਤੇ ਜੀ, ਐਕਸਟਰਾ ਹਲਕਾ ਟਾਈਲ ਉਹੀ ਹੈ, ਉਹਨੂੰ ਕਟਿੰਗ ਦੇ ਕੇ ਇਹ 'ਚ ਵਾਈਟ ਕਲਰ ਦੀ ਪੋਕਸੀ ਭਰੀ ਜਾਏਗੀ ਅਤੇ ਚੀਜ਼ ਪੂਰੀ ਸ਼ਾਨਦਾਰ ਬਣ ਗਈ ਜੀ। ਆਹ ਤੁਹਾਡਾ ਬਾਥਰੂਮ ਕੰਪਲੀਟ ਹੋ ਗਿਆ। ਠੀਕ ਹੈ ਜੀ, ਅਤੇ ਇਹਦੇ ਵਿੱਚ ਕਲਰ ਆਪਸ਼ਨ ਜੇ ਤੁਸੀਂ ਚੇਂਜ ਕਰਨੀ ਹੈ, ਜਿਹੜੀ ਕਲਰ ਆਪਸ਼ਨ ਆਪਣੇ ਕੋਲ ਵਾਧੂ, ਡਿਜ਼ਾਈਨ ਜਿਹੜਾ ਮਰਜ਼ੀ ਸਿਲੈਕਟ ਕਰ ਲਓ, ਉਹਦੇ 'ਚ ਕਲਰ ਆਪਸ਼ਨ ਆਪਾਂ ਜਿੰਨੀਆਂ ਕਹੋਗੇ ਉਨੀਆਂ ਦੇ ਦਾਂਗੇ ਆਪਾਂ। ਠੀਕ ਹੈ ਜੀ, ਇਸ ਤੋਂ ਅੱਗੇ ਦੋਸਤੋ ਬੈੱਡਰੂਮ ਆ ਗਿਆ, ਅਤੇ ਬਿਲਕੁਲ ਮਤਲਬ ਤੁਸੀਂ ਸੋਚ ਨਹੀਂ ਸਕਦੇ
ਵੀ ਆਪਾਂ ਸ਼ੋਰੂਮ 'ਚ ਖੜੇ ਹਾਂ ਜਾਂ ਕਿਸੇ ਦੇ ਘਰੇ ਫਿਰਦੇ ਹਾਂ। ਹਾਂਜੀ ਹਾਂਜੀ ਹਾਂਜੀ, ਮਤਲਬ ਇੰਨੀ ਕੁ ਜ਼ਿਆਦਾ ਲੁੱਕ ਦਿੱਤੀ ਹੋਈ ਹੈਗੀ, ਪ੍ਰੋਪਰ ਲੁੱਕ ਦਿੱਤੀ। ਇਹ ਨਹੀਂ ਵੀ ਇਕੱਲਾ ਇੱਕ ਬੈਡਰੂਮ ਨਾਂ ਦਾ ਹੈਗਾ, ਬਣਾਇਆ ਹੋਇਆ ਪ੍ਰੋਪਰ। ਇਹਦੇ ਵਿੱਚ ਬਈ ਆਪਾਂ ਨਾ ਲੋਕਾਂ ਦੇ ਮਨ 'ਚ ਜਿਹੜੇ ਡਾਊਟ ਹੁੰਦੇ ਆ ਉਹ ਸਾਰੇ ਕਲੀਅਰ ਕਰਤੇ। ਠੀਕ ਹੈ, ਵੀ ਆਪਣੇ ਘਰੇ ਬਣਨ ਤੋਂ ਬਾਅਦ ਕੀ ਚੀਜ਼ ਜਚੂਗੀ ਕਿ ਨਹੀਂ, ਇਹੀ ਸਭ ਤੋਂ ਵੱਡਾ ਉਹ ਹੈ ਡਾਊਟ ਹੈ। ਹੁਣ ਤੁਸੀਂ ਕੋਠੀ ਬਣਾ ਰਹੇ ਹੋ, ਤੁਹਾਡੇ ਮਨ ਦੇ ਵਿੱਚ ਡਾਊਟ ਰਹੂਗਾ ਯਾਰ ਅੱਜ ਤਾਂ ਆਪਾਂ ਐਡੀ ਮਹਿੰਗੀ ਟਾਇਲ ਸਿਲੈਕਟ ਕਰ ਲਈ, ਕੀ ਆਪਣੇ ਘਰੇ ਜਾ ਕੇ ਜਚੂ ਕਿ ਨਾ। ਬਿਲਕੁਲ, ਉਹ ਸਾਰਾ ਆਪਾਂ ਡਾਊਟ ਕਲੀਅਰ ਕਰਤਾ, ਲੱਗੀਆਂ ਪਈਆਂ ਨੇ, ਬੈਡਰੂਮ ਬਣਿਆ ਪਿਆ। ਹੁਣ ਤੁਸੀਂ ਦੱਸੋ ਕਿੱਦਾਂ ਲੱਗ ਰਿਹਾ। ਬਿਲਕੁਲ ਜੀ ਬਿਲਕੁਲ। ਅਤੇ ਇਸ ਤੋਂ ਅੱਗੇ ਬਈ ਇਹ ਬੀਅਰ ਬਾਰ ਆ ਗਈ ਜੀ। ਆਹ ਆਪਣਾ ਬੀਅਰ ਬਾਰ ਆ ਗਿਆ ਜੀ। ਠੀਕ ਹੈ ਜੀ। ਅੱਜ ਕੱਲ੍ਹ ਕੋਠੀਆਂ 'ਚ ਮੋਸਟ ਡਿਮਾਂਡ ਅਗਲਾ ਹਰੇਕ ਕੋਈ ਬਣਾਉਂਦਾ, ਚਾਹੇ ਅਗਲਾ ਪੀਂਦਾ ਚਾਹੇ ਨਹੀਂ, ਪਰ ਸ਼ੌਂਕ ਅਗਲਿਆਂ ਦਾ, ਸ਼ੌਂਕ ਹੈਗਾ ਜੀ ਹਰ ਇੱਕ। ਹਾਂਜੀ ਹਾਂਜੀ, ਇਹ ਚੀਜ਼ ਵੀ ਇੱਧਰ ਦੇਖੋ ਦੋਸਤੋ ਬਹੁਤ ਸੋਹਣੀ ਲੱਗਦੀ ਆ, ਅਤੇ ਇੱਧਰ ਬੈਕ ਸਾਈਡ 'ਤੇ ਵੀ ਦੇਖੋ ਬਹੁਤ ਸੋਹਣਾ ਬਣਾਇਆ ਹੋਇਆ। ਇਹ ਜਿਵੇਂ ਲੌਬੀ ਦੇ ਵਿੱਚ ਅੱਜ ਕੱਲ੍ਹ ਡਿਜ਼ਾਇਨਿੰਗ ਚੱਲਦੀ ਹੈ, ਪੋਰਚ ਵਾਲ 'ਤੇ ਚੱਲਦੀ ਹੈ, ਪ੍ਰੋਪਰ ਤਿਆਰ ਹੈ, ਬਹੁਤ ਸੋਹਣਾ, ਮਤਲਬ ਦਾ ਵੀ ਸਿਲੈਕਸ਼ਨ ਕੀਤੀ ਹੋਈ ਹੈਗੀ ਹਰ ਇੱਕ ਚੀਜ਼। ਮਤਲਬ ਤੁਹਾਨੂੰ ਦੋਸਤੋ ਜਦੋਂ ਤੁਸੀਂ ਸ਼ੋਰੂਮ 'ਚ ਐਂਟਰ ਹੋਗੇ, ਨਵੇਂ ਤੋਂ ਨਵੀਂ ਚੀਜ਼ ਮਿਲਿਓ, ਐਨ ਮਨ ਐਂ ਕਰੂ ਵੀ ਆਹ ਵੀ ਲੈ ਲਈਏ ਅਤੇ ਆਹ ਵੀ ਲੈ ਲਈਏ। ਅਤੇ ਇਸ ਤੋਂ ਅੱਗੇ ਬਈ ਆ ਜਾਂਦਾ ਇੱਧਰ ਕਿਚਨ ਦਾ ਆ ਜਾਂਦਾ ਜੀ। ਇਹ ਆਪਣੇ ਕੋਲ ਕਿਚਨ ਬਾਥਰੂਮ ਡਰਾਇੰਗ ਰੂਮ ਸਾਰਾ ਕੁਝ ਤਿਆਰ ਹੈ, ਹੁਣ ਆਪਾਂ ਫੀਚਰ ਵਾਲਾਂ ਵੀ ਤਿਆਰ ਕਰਤੀਆਂ। ਠੀਕ, ਬੈਡਰੂਮ ਦੇ ਵਿੱਚ ਆਪਾਂ ਫੀਚਰ ਵਾਲ ਕਰਦੇ ਹਾਂ, ਬੈਡਰੂਮ ਬੈੱਡ ਦੀ ਬੈਕ ਸਾਈਡ ਤੇ ਟਾਈਲ ਲਾਉਣੀ ਹੈ ਜੀ, ਆ ਫੀਚਰ ਵਾਲ ਤਿਆਰ ਹੈ। ਠੀਕ ਹੈ ਜੀ, ਆ ਵੀ ਕੋਈ ਫੀਚਰ ਵਾਲ, ਸਾਰੇ ਫੀਚਰ ਵਾਲਾਂ ਨੇ ਆਪਣੇ ਕੋਲ ਜੀ। ਠੀਕ ਹੈ, ਇਧਰ ਆ ਹੋ ਗਈ, ਆਹ ਹੋ ਗਈ, ਉਧਰ ਉਹ ਦੇਖੋ। ਠੀਕ ਹੈ ਜੀ, ਸਾਰੀ ਫੀਚਰ ਵਾਲ ਰੈਡੀ ਹੈ ਆਪਣੇ ਕੋਲ। ਕੀ ਬਾਤ ਹੈ ਜੀ, ਇਹਦੇ ਵਿੱਚ ਤੁਸੀਂ ਬੈੱਡ ਦੀ ਬੈਕ ਸਾਈਡ ਤੇ ਲਾਓ, ਨਾਲੇ ਤਾਂ ਲੱਕੜ ਦਾ ਕੰਮ ਬਚਾਓ, ਨਾਲੇ ਸਾਰੀ ਉਮਰ ਟਾਈਲ ਨੂੰ ਕੁਛ ਹੁੰਦਾ ਨਹੀਂ, ਨਾਲੇ ਚੀਜ਼ ਪੂਰੀ ਸਰਾ ਬਣ ਜੂ। ਠੀਕ ਹੈ ਜੀ, ਨਾ ਕਿਤੇ ਜਾਵੇ, ਨਾ ਕਿਤੇ ਜਾਵੇ, ਨਾ ਆਵੇ, ਨਾ ਸਿਉਂਕ ਲੱਗੇ, ਨਾ ਸਿਉਂਕ ਲੱਗੇ। ਲਓ ਵੀ ਦੋਸਤੋ, ਅਤੇ ਅੱਗੇ ਆ ਕੇ ਬਈ ਆਪਾਂ ਕਿਚਨ ਦੇ ਵਿੱਚ, ਕਿਚਨ 'ਤੇ ਵੀ ਇਹ ਬਈ ਇਹ ਮਾਰਬਲ ਆ ਜਾਂਦਾ ਸਾਰਾ। ਹਾਂਜੀ, ਇਹ ਪ੍ਰੋਪਰ ਇੰਪੋਰਟਡ ਮਾਰਬਲ ਆ, ਸਾਰਾ ਕੁਆਰਟਸ ਦੇ ਵਿੱਚ ਆਉਂਦਾ ਜੀ। ਠੀਕ ਹੈ ਜੀ, ਇਹ 'ਚੋਂ ਸਾਰੇ ਕਲਰਸ ਜਿਹੜਾ ਮਰਜ਼ੀ ਕਲਰ ਲੈ ਲਓ, ਸਾਰੇ ਆਪਣੇ ਕੋਲ ਅਵੇਲੇਬਲ ਹੈ ਜੀ। ਲਓ ਵੀ ਦੋਸਤੋ, ਸਾਰੇ ਪ੍ਰੋਪਰ ਕਿਚਨ ਦਾ ਵੀ, ਜੇ ਤੁਸੀਂ ਘਰੇ ਕੰਮ ਕਰਾ ਰਹੇ ਹੋ ਤਾਂ ਜੇ ਚੀਜ਼ ਸਿਰਾ ਲੈਣੀ ਹੈ ਨਾ ਮਾਰਬਲ ਜਿਹਾ, ਦੇਖੋ ਸਾਰੇ ਡਿਜ਼ਾਈਨ ਪਏ ਨੇ, ਹਰ ਇੱਕ ਚੀਜ਼ ਸੋਹਣੀ ਤੋਂ ਸੋਹਣੀ ਬਾਈ ਹੋਰਾਂ ਨੇ ਰੱਖੀ ਹੋਈ ਹੈ। ਪ੍ਰੋਪਰ ਕਿਚਨ ਵੀ ਬਣੀ ਹੋਈ ਹੈ, ਪ੍ਰੋਪਰ ਵੀ ਬਣਨ ਤੋਂ ਬਾਅਦ ਤੁਹਾਡਾ ਆਹ ਰਿਜ਼ਲਟ ਆ ਜੂਗਾ, ਆਹ ਰਿਜ਼ਲਟ ਆ। ਇਹ ਸੈਲਫ ਬਣੀ ਹੋਈ ਹੈ, ਇਹ 'ਚ ਕਲਰ ਜਿਹੜਾ ਮਰਜ਼ੀ ਚੂਜ਼ ਕਰ ਲਓ, ਜਿਹੜਾ ਮਰਜ਼ੀ ਚੂਜ਼ ਕਰ ਲਓ। ਉਸ ਤੋਂ ਬਾਅਦ ਕਲਰ ਚੂਜ਼ ਕਰਨ, ਮੰਨ ਲਓ ਤੁਸੀਂ ਆਹ ਕਲਰ ਚੂਜ਼ ਕਰ ਲਿਆ ਜੀ, ਇਹਦੇ ਨਾਲ ਆਪਾਂ ਤੁਹਾਨੂੰ ਸੇਮ ਮੈਚਿੰਗ ਦਾ ਸਿੰਕ ਦੇ ਦਾਂਗੇ, ਚਾਹੇ ਸੇਮ ਲੈ ਲਓ, ਕੰਟਰਾਸਟ ਲੈ ਲਓ, ਜਿਵੇਂ ਇਹਦੇ ਨਾਲ ਆਹ ਸਿੰਕ ਪੂਰਾ ਟੌਪ ਦਾ ਲੱਗੂਗਾ। ਠੀਕ ਹੈ ਜੀ, ਇਹ ਤਾਂ ਆਪਣੇ ਸਾਰੇ ਕਲਰ ਪਏ ਨੇ। ਇਹ ਮਾਰਬਲ ਕੁਆਰਟਜ਼ ਦਾ ਓਰੀਜਨਲ ਸਿੰਕ ਹੈ, ਜਰਮਨ ਦਾ ਬਣਿਆ ਹੋਇਆ ਜੀ, ਕੈਰਾਸਿਲ ਕੰਪਨੀ ਦਾ ਕੈਰਾਸਿਲ, ਬਈ ਬਹੁਤ ਹਣਾ ਮਜ਼ਬੂਤ ਹੈ ਜੀ, ਪੂਰਾ ਪੂਰਾ ਜੀ ਪੂਰਾ। ਇਹ 'ਚ ਕਲਰ ਜਿਹੜਾ ਮਰਜ਼ੀ, ਆ ਬਲੈਕ ਪਿਆ। ਠੀਕ ਹੈ ਜੀ, ਆ ਬਲੈਕ ਕਲਰ ਪਿਆ, ਆ ਕਰੀਮ ਕਲਰ ਪਿਆ। ਠੀਕ ਹੈ ਜੀ, ਆ ਗ੍ਰੇ ਕੰਕਰੀਟ ਕਲਰ ਪਿਆ, ਮਤਲਬ ਟਾਈਲਾਂ ਨਾਲ ਆਪਸ਼ਨ ਤੁਸੀਂ ਜੋ ਮਰਜ਼ੀ ਜੋੜ ਲਓ। ਆ ਦੇਖੋ ਬਰਾਊਨ ਕਲਰ, ਪੂਰਾ ਡਾਰਕ ਬਰਾਊਨ ਕਲਰ। ਠੀਕ ਹੈ ਜੀ, ਪ੍ਰੋਪਰ ਵਾਰੰਟੀ ਨਾਲ, ਓਰੀਜਨਲ ਕਨਸੈਪਟ ਹੈ ਕੰਪਨੀ ਦਾ, 5 ਇਅਰ ਦੀ ਵਾਰੰਟੀ ਲਿਖੀ ਹੋਈ ਹੈ। ਪ੍ਰੋਪਰ ਜੀ ਪ੍ਰੋਪਰ। ਲਓ ਵੀ ਦੋਸਤੋ, ਜਿਹੜੇ ਮਾਰਕੀਟ ਦੇ ਵਿੱਚ ਚੱਲੇ ਆ ਨਾ, ਜਿਹੜੇ ਆਮ ਵਿਕੀ ਜਾਂਦੇ ਨੇ, ਉਹ ਸਾਰੇ ਦੇਸੀ ਹੈ, ਉਹਨੇ 2 ਸਾਲ ਬਾਅਦ ਸਾਲ ਬਾਅਦ ਖਰਾਬ ਹੋਣਾ ਹੀ ਹੋਣਾ ਹੈ। ਠੀਕ ਹੈ ਜੀ, ਜਿਹੜੀਆਂ ਓਰੀਜਨਲ ਚੀਜ਼ਾਂ ਨੇ ਉਹ ਕਦੇ ਖਰਾਬ ਨਹੀਂ ਹੁੰਦੀਆਂ, ਕਦੇ ਨਹੀਂ ਹੁੰਦੀਆਂ ਬਈ, ਜੋ ਬ੍ਰਾਂਡ ਨੇ ਜੋ ਵਾਰੰਟੀ ਦਿੱਤੀ ਆ ਉਹ ਤਾਂ ਰਹਿਣੀ ਹੈਗੀ ਹਮੇਸ਼ਾ। ਹੁਣ ਜਿਵੇਂ ਆਹ ਦੇਖੋ ਗ੍ਰੇ ਕਲਰ ਦੇ ਵਿੱਚ ਪੂਰਾ ਸੋਬਰ ਕਲਾਸੀਕਲ ਬਾਥਰੂਮ ਤਿਆਰ ਹੈ, ਪੂਰਾ ਕਲਾਸੀ ਏਰੀਆ, ਜਿਵੇਂ ਇਹਨੂੰ ਅੱਜ ਕੱਲ੍ਹ ਕਮਰਸ਼ੀਅਲ ਤੇ ਬਹੁਤ ਚੱਲਦਾ, ਜਿਵੇਂ ਮਾਲਸ ਵਗੈਰਾ ਦੇ ਵਿੱਚ ਆਹੀ ਚੀਜ਼ਾਂ ਲੱਗੀਆਂ ਹੁੰਦੀਆਂ ਨੇ। ਬਿਲਕੁਲ ਜੀ ਬਿਲਕੁਲ, ਤੇ ਚੀਜ਼ ਪੂਰੀ ਸਿਰਾ ਲੱਗਦੀ ਹੈ ਜੀ। ਦੋਸਤੋ ਇਕੱਲੇ ਘਰ ਨਹੀਂ ਬਾਈ ਨੇ, ਜਿਵੇਂ ਮਾਲ ਕਿਹਾ ਨਾ, ਵੱਡੇ ਵੱਡੇ ਹੋਟਲਾਂ 'ਚ ਵੀ ਤੁਸੀਂ ਕੰਮ ਕਰਾਉਣਾ, ਬਾਈ ਹੋਰਾਂ ਕੋਲ ਤੁਹਾਨੂੰ ਸਾਰੇ ਆਈਡੀਆ ਮਿਲ ਜਾਣਗੇ। ਆਹ ਦੇਖੋ ਜੀ ਤੁਸੀਂ, ਆਹ ਪ੍ਰੋਪਰ ਡਰਾਇੰਗ ਰੂਮ ਤਿਆਰ ਹੈ ਜੀ। ਜੀ
ਪ੍ਰੋਪਰ ਇੱਥੇ ਬਹਿ ਕੇ ਦੇਖੋ ਵੀ ਤੁਹਾਨੂੰ ਐਂ ਲੱਗੂ ਜਿਵੇਂ ਘਰੇ ਡਰਾਇੰਗ ਰੂਮ 'ਚ ਬੈਠੇ ਬੈਠੋ ਪੂਰੇ LED ਲੱਗੀ ਹੋਈ ਹੈ ਜੀ ਪ੍ਰੋਪਰ ਸਾਰਾ ਪ੍ਰੋਪਰ ਜਿਹੜਾ ਕਨਸੈਪਟ ਹੈ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਆਹ ਪ੍ਰੋਪਰ LED ਲੱਗੀ ਹੋਈ ਹੈ ਪ੍ਰੋਪਰ ਟਾਈਲਾਂ ਲੱਗੀਆਂ ਹੋਈਆਂ ਨੇ ਜੀ ਨਾਲੇ ਤੁਸੀਂ ਲੱਕੜ ਦਾ ਕੰਮ ਕਰਾਓਗੇ ਐਂ ਲੱਗੂ ਯਾਰ 2-2.5 ਲੱਖ ਰੁਪਇਆ ਲੱਗ ਜੂ ਨਾਲੇ ਖਰਾਬ ਹੋ ਜੂ ਸਿਉਂਕ ਲੱਗ ਜੂ ਇੱਕ ਬਈ ਇਹ ਚੀਜ਼ ਮੈਂ ਪੁੱਛਣੀ ਸੀਗੀ ਜੋ ਟਾਈਲਾਂ ਆਪਾਂ ਸਾਈਡ ਤੇ ਕੰਧਾਂ ਤੇ ਲਾਉਣੇ ਆ ਹਾਂਜੀ ਹਾਂਜੀ ਇਹ ਸਮਾਂ ਪਾ ਕੇ ਵਿੱਚ ਲੋਕ ਕਹਿੰਦੇ ਵੀ ਟੁੱਟ ਕੇ ਡਿੱਗ ਜਾਣਗੀਆਂ ਇਹਦੇ ਲਈ ਜੀ ਕੈਮੀਕਲ ਯੂਜ਼ ਹੁੰਦਾ ਹੁਣ ਜਿਵੇਂ ਆਪਾਂ ਸੀਮੈਂਟ ਦਾ ਟਾਈਲ ਲਾ ਦਈਏ ਉਹ ਤਾਂ ਡਿੱਗੂਗੀ ਹਾਂਜੀ ਜੇ ਆਪਾਂ ਪ੍ਰੋਪਰ ਕੈਮੀਕਲ ਨਾਲ ਟਾਈਲ ਲਾਈਏ ਤਾਂ ਡਿੱਗਦੀ ਨਹੀਂ ਸਾਡੀ ਜ਼ਿੰਮੇਵਾਰੀ ਸਾਡੀ ਗਰੰਟੀ ਹੈ ਸਾਡੇ ਹਿਸਾਬ ਨਾਲ ਤੁਸੀਂ ਦੱਸੋ ਵੀ ਕਿਹੜਾ ਕੈਮੀਕਲ ਲੱਗੂ ਅਸੀਂ ਤੁਹਾਨੂੰ ਦੱਸਾਂਗੇ ਵੀ ਆਹ ਕੈਮੀਕਲ ਨਾਲ ਲਾਓ ਸਾਡੀ ਪੂਰੀ ਫੁੱਲ ਗਰੰਟੀ ਹੈ ਠੀਕ ਹੈ ਜੀ ਫਿਰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਠੀਕ ਹੈ ਹੁਣ ਜੇ ਹੁਣ ਬੰਦੇ ਨੇ ਲਾਉਣੀ 25 ਫੁੱਟ ਹਾਈਟ ਤੇ ਹੈ ਲਾ ਲਿਆ ਅਗਲੇ ਨੇ ਕੈਮੀਕਲ 5 ਫੁੱਟ ਵਾਲਾ ਜੀ ਠੀਕ ਹੈ ਜੇ ਅਗਲਾ ਕੋਸਟ ਕਰਨੀ ਸਸਤੀ ਵਾਲਾ ਕੈਮੀਕਲ ਯੂਜ਼ ਕਰੂਗਾ ਡਿੱਗੂਗੀ ਡਿੱਗੂਗਾ ਮਤਲਬ ਹਰ ਇੱਕ ਚੀਜ਼ ਦਾ ਜਿਹੜਾ ਅਲੱਗ ਅਲੱਗ ਹੁੰਦਾ ਵੀ ਇਹਦੇ ਨਾਲ ਆਹ ਚੀਜ਼ ਲੱਗੂਗੀ ਤੇ ਬਈ ਪਰ ਬੇਸ ਬਣੇ ਹੋਏ ਨੇ ਜਿਵੇਂ ਤੁਸੀਂ ਹੁਣ 10 ਫੁੱਟ ਦੀ ਕੰਧ ਹੈ ਉਹਦੇ ਲਈ ਪ੍ਰੋਪਰ ਫਸਟ ਗ੍ਰੇਡ ਫਿਰ 20 ਫੁੱਟ ਤੱਕ ਸੈਕਿੰਡ ਗ੍ਰੇਡ 30 ਫੁੱਟ ਤੱਕ ਥਰਡ ਗ੍ਰੇਡ ਐਂ ਗ੍ਰੇਡੇਸ਼ਨ ਆਉਂਦੀ ਹੈ ਕੈਮੀਕਲ ਦੀ ਠੀਕ ਹੈ ਜੀ ਬਈ ਇਹ ਆਹ ਜੋ ਲੱਗੀ ਹੋਈ ਹੈ ਟਾਈਲਾਂ ਇਹਨਾਂ ਦੀ ਥਿਕਨੈਸ ਬਹੁਤ ਮੋਟੀ ਹੈ ਇਹ ਬਹੁਤ ਮੋਟੀ ਟਾਈਲ ਹੈ ਜੀ ਇਹ ਆਹ ਦੇਖੋ ਜੀ ਤਾਂ ਥਿਕਨੈਸ ਹੀ ਬਹੁਤ ਜ਼ਿਆਦਾ ਹੈ ਚੱਕੀ ਦੀ ਯਾਰੀ ਮੇਰੇ ਤੋਂ ਠੀਕ ਹੈ ਜੀ ਇਹ ਬਈ ਕਿੱਥੇ ਕੰਮ ਆਉਂਦੀ ਹੈ ਫਿਰ ਇਹ ਬਾਹਰ ਕੰਮ ਆਉਂਦੀ ਹੈ ਜਿਵੇਂ ਆਪਾਂ ਆਊਟਡੋਰ ਲਾਉਣੀ ਹੈ ਜੀ ਜਿਵੇਂ ਬਾਹਰ ਵਿਹੜੇ 'ਚ ਲਾਉਣੀ ਹੈ ਜਿਵੇਂ ਟਰੈਕਟਰ ਟਰਾਲੀਆਂ ਜਿਵੇਂ ਮਰਜ਼ੀ ਚੜਾਈ ਚੱਲੋ ਇਹ ਤੇ ਅੱਛਾ ਇਹ ਤੇ ਕੋਈ ਪ੍ਰੋਬਲਮ ਨਹੀਂ ਮਤਲਬ ਨਹੀਂ ਜੀ ਕੋਈ ਨਹੀਂ ਜੀ ਕੋਈ ਹੁੰਦਾ ਹੀ ਕੁਝ ਨਹੀਂ ਇਹਨੂੰ ਇਹ ਵੀ ਸਾਰਾ ਕਜਾਰੀਆ ਦੀ ਹੈ ਸਾਰਾ ਕਜਾਰੀਆ ਦਾ ਜੀ ਪ੍ਰੋਪਰ ਠੀਕ ਹੈ ਜੀ ਆਹ ਦੇਖੋ ਨਵੇਂ ਤੋਂ ਨਵੇਂ ਬਾਥਰੂਮ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਆਪਣੇ ਸ਼ੋਰੂਮ ਦੀ ਟਾਈਮ ਟੂ ਟਾਈਮ ਬਾਅਦ ਚੇਂਜ ਹੁੰਦਾ ਰਹਿੰਦਾ ਕਨਸੈਪਟ ਠੀਕ ਹੈ ਜੀ ਜਿਵੇਂ ਤੁਸੀਂ ਪਿਛਲੇ ਐਪੀਸੋਡ 'ਚ ਦੇਖਿਆ ਉਹਨਾਂ ਮਤਲਬ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਜਿਵੇਂ ਆਹ ਬਾਥਰੂਮ ਦੇਖੋ ਜੀ ਪ੍ਰੋਪਰ ਦਿਖਾਓ ਪ੍ਰੋਪਰ ਫਲੋਰ ਆਵੇ ਨਾਲ ਦੇਖੋ ਆਹ ਚੀਜ਼ ਬਣ ਜੂ ਬਾਥਰੂਮ ਦੀ ਕੀ ਬਾਤ ਹੈ ਜੀ ਪ੍ਰੋਪਰ ਫਲੋਰ ਲੱਗਿਆ ਹੋਇਆ ਪ੍ਰੋਪਰ ਵਾਸ਼ ਬੇਸ਼ਨ ਲੱਗਿਆ ਸ਼ੀਸ਼ਾ ਸੀਟ ਪਿੱਛੇ ਆਪਾਂ ਇਦਾਂ ਹਾਈਲਾਈਟਰ ਦਿੱਤਾ ਹੈ ਜੀ ਤੇ ਚੀਜ਼ ਆ ਪੂਰੀ ਆ ਬਣ ਕੇ ਤਿਆਰ ਹੋ ਜੂਗੀ ਲਓ ਵੀ ਦੋਸਤੋ ਹੁਣ ਤੁਸੀਂ ਦੱਸੋ 3D ਕੰਮ ਕਰੂ ਕਿ ਲਾਈਵ ਕੰਮ ਕਰੂ ਹਾਂ ਹੁਣ ਦਰਸ਼ਕਾਂ ਨੇ ਦੱਸਣੀ ਹੈ ਜੀ ਤਾਂ ਬਿਲਕੁਲ ਸਹੀ ਗੱਲ ਹੈ ਕਿਉਂਕਿ ਇੱਕ ਚੀਜ਼ ਆ ਦੇਖੋ ਦੋਸਤੋ ਹੁਣ ਇਧਰੋਂ ਵੀ ਗੱਲਬਾਤ ਕਰਦੇ ਆ ਬਈ ਕਈ ਵਾਰ ਇਧਰੋਂ ਚਲੋ ਇੱਕ ਡਿਜ਼ਾਈਨ ਪਸੰਦ ਆ ਜਾਂਦਾ ਕਲਰ ਚੇਂਜ ਕਰਨਾ ਹੁੰਦਾ ਜਾਂ ਕੋਈ ਹੋਰ ਚੀਜ਼ ਆਪਸ਼ਨ ਲੈਣੀ ਹੁੰਦੀ ਬੰਦੇ ਨੇ ਉਹ ਇਸ ਤਰੀਕੇ ਨਾਲ ਲੱਗਣ ਦੇ ਪਰ ਹੁਣ ਇਹ 'ਚ ਆਹ ਦੋਨਾਂ 'ਚ ਡਿਫਰੈਂਸ ਨਹੀਂ ਕਲੀਅਰ ਕਰ ਸਕਦਾ ਆਮ ਬੰਦਾ ਕਰ ਹੀ ਨਹੀਂ ਸਕਦਾ ਜੀ ਵੀ ਯਾਰ ਕਿਹੜੀ ਲਵਾਵਾਂ ਕਿਹੜੀ ਵਧੀਆ ਲੱਗੂ ਤਾਂ ਬੰਦਾ ਉਲਝਿਆ ਰਹੂਗਾ ਆਹੀ ਉਲਝਣ ਤਾਂ ਨਹੀਂ ਆਪਾਂ ਖਤਮ ਕੀਤੀ ਹੋਈ ਹੈ ਬਿਲਕੁਲ ਜੀ ਬਿਲਕੁਲ ਇਹੀ ਊਂ ਤਾਂ ਪੰਜਾਬ 'ਚ ਬਥੇਰੇ ਸ਼ੋਰੂਮ ਬਣੇ ਨੇ ਜੀ ਇਹੀ ਉਲਝਣ ਤਾਂ ਨਹੀਂ ਆਪਾਂ ਖਤਮ ਕਰਕੇ ਲਾਈਵ ਸਿਸਟਮ ਲਾਇਆ ਹੋਇਆ ਸਾਰਾ ਹਾਂ ਆਹ ਤਾਂ ਇਸ ਤਰੀਕੇ ਨਾਲ ਤਾਂ ਪੰਜਾਬ 'ਚ ਸਾਰੇ ਸ਼ੋਰੂਮ 'ਚ ਇਸ ਤਰੀਕੇ ਨਾਲ ਆਪਾਂ ਨੂੰ ਮਿਲ ਜਾਣਗੀਆਂ ਅੱਗੇ ਤੁਸੀਂ ਨਾਲ ਨਾਲ ਇਹ ਵੀ ਦੇਖ ਸਕਦੇ ਹੋ ਦੋਸਤੋ ਮਤਲਬ ਜਿਹੜੇ ਡਿਜ਼ਾਈਨ ਨੇ ਇਹ ਆਪਣੇ ਕੋਲ ਸਾਰੀ ਐਕਸਟਰਾ ਵੈਰਾਈਟੀ ਪਈ ਹੈ ਹੁਣ ਆਪਾਂ ਵੱਡੇ ਵੱਡੇ ਸ਼ੋਰੂਮ 'ਚ ਜਗ੍ਹਾ ਹੀ ਖਤਮ ਹੋ ਗਈ ਹੁਣ ਸਾਰੇ ਆਪਾਂ ਐਕਸਟਰਾ ਕਲਰ ਇੱਥੇ ਵਿਛਾਤੇ ਠੀਕ ਹੈ ਜੀ ਵੀ ਕੋਈ ਕਸਟਮਰ ਜੇ ਕਹੇ ਮੈਨੂੰ ਆਹ ਰੰਗ ਪਸੰਦ ਹੈ ਅਸੀਂ ਉਹਦੇ ਨਾਲ ਬਣਾ ਕੇ ਨਾਲ ਦੀਆਂ ਦਿਖਾ ਦਾਂਗੇ ਵੀ ਆਹ ਚੀਜ਼ ਬਣ ਜੂਗੀ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਤੇ ਇੱਕ ਬਈ ਜਿਵੇਂ ਆਪਾਂ ਕਹਿ ਦਿੰਦੇ ਹੁਣ 32-64 ਹੋ ਗਈ ਹਾਂਜੀ ਹਾਂਜੀ ਸਾਰੇ ਸਾਈਜ਼ ਹੋ ਗਏ ਸਾਰੇ ਸਾਈਜ਼ ਆਪਣੇ ਕੋਲ ਮਿਲਣਗੇ ਪੈਸੇ ਲੱਗ ਕਿਹੜਾ ਰਿਹਾ ਸਾਈਜ਼ ਅੱਜ ਕੱਲ ਵੀਰੇ ਮੋਸਟ ਡਿਮਾਂਡਿੰਗ ਜਿਵੇਂ 2x4 32-64 ਇਹ ਤਿੰਨੇ ਸਾਈਜ਼ ਮੋਸਟ ਡਿਮਾਂਡਿੰਗ ਦੇ ਵਿੱਚ ਹੈ ਠੀਕ ਹੈ ਇਹ ਤਿੰਨੇ ਪੂਰੇ ਫੁੱਲ ਚੱਲਦੇ ਆ ਇਹ ਵੀ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਕਈ ਵਾਰ ਦਰਸ਼ਕ ਪੁੱਛ ਲੈਂਦੇ ਨੇ ਬਈ ਯਾਰ ਕਿਹੜੀ ਲਵਾਈਏ ਟਾਇਲ ਅਸੀਂ ਹਾਂਜੀ ਹਾਂਜੀ ਤੇ ਉਹ ਜੀ ਇਹੀ ਮੇਨ ਹੁੰਦਾ ਵੀ ਆਪਣੇ ਏਰੀਏ ਦੇ ਵਿੱਚ ਕਿਹੜੀ ਸਾਈਜ਼ ਅਚੂਗਾ ਜੇ ਹੁਣ ਆਪਣੀ ਲੋਬੀ ਵੱਡੀ ਹੈ ਤਾਂ ਵਧੀਆ 32-64 ਸਾਈਜ਼ ਲਾਓ 6-4 ਲਾਓ ਠੀਕ ਜੇ ਆਪਣਾ ਏਰੀਆ ਛੋਟਾ ਹੈ ਫਿਰ ਆਪਾਂ ਨੂੰ 2x4 ਦੇ ਵਿੱਚ ਜਾਣਾ ਚਾਹੀਦਾ ਠੀਕ ਹੈ ਬਾਈ ਜੀ ਤੇ ਬਾਈ ਹੋਰ ਅਸੈਸਰੀ ਜਿਵੇਂ ਵਾਸ਼ਰੂਮ ਵਗੈਰਾ ਦੀ ਵਾਧੂ ਵੀਰੇ ਆਪਣੇ ਕੋਲ ਸਾਰਾ ਸਮਾਨ ਟੂਟੀਆਂ ਦਾ ਸਾਰਾ ਸਿੰਕ ਟਾਇਲਟ ਸੀਟਾਂ ਸਾਰਾ ਕੁਝ ਮਿਲਣਗੇ ਆਪਣੇ ਕੋਲ ਜੀ ਠੀਕ ਹੈ ਜੀ ਪ੍ਰੋਪਰ ਆ ਸਾਰੇ ਲੱਗੇ ਪਏ ਆ ਜੀ ਦੇਖੋ ਲਓ ਵੀ ਦੋਸਤੋ ਸਾਰੀਆਂ ਲਾਈਵ ਡਿਸਪਲੇ ਨੇ ਤੇ ਉਧਰ ਹਜੇ ਹੋਰ ਪਤਾ ਨਹੀਂ ਕਿੰਨੇ ਕੁ ਮਤਲਬ ਡਿਜ਼ਾਈਨ ਪਏ ਨੇ
ਮੈਂ ਕਹਿਣਾ ਵੀ ਵੀਡੀਓ ਜ਼ਿਆਦਾ ਵੱਡੀ ਹੋ ਜੂਗੀ, ਪਰ ਇਹ ਦਿਖਾਉਣਾ ਨਹੀਂ ਆਪਣਾ ਹਟਣਾ। ਆਹ ਚੀਜ਼ ਦੇਖੋ ਬਾਈ, ਦੇਖੋ ਕਿੱਦਾਂ ਕੀ ਲੱਗਦਾ ਇਹ ਲੱਗਿਆ ਹੋਇਆ, ਇਹ ਮਾਰਬਲ ਵਾਂਗੂ ਲੱਗਦਾ। ਹਾਂ, ਇਹ ਪ੍ਰੋਪਰ ਇਟਾਲੀਅਨ ਟਾਈਲ ਹੈਗੀ ਪ੍ਰੋਪਰ। ਜਿੱਥੇ ਇਹ ਲੱਗੀ ਕੋਈ ਬੰਦਾ ਪਛਾਣ ਨਹੀਂ ਸਕਦਾ ਵੀ ਟਾਈਲ ਹੈ ਕਿ ਇਟਾਲੀਅਨ ਹੈ। ਕਿਆ ਬਾਤ ਹੈ, ਜਿੱਥੇ ਜੇ ਤੁਹਾਡੀਆਂ ਫੀਚਰ ਵਾਲਾਂ ਲੱਗੀਆਂ ਇਹ ਅਲੱਗ ਯਾਰ ਮਹਿਲ ਦੇ ਵਿੱਚ ਆ ਗਿਆ ਸੀ ਤਾਂ। ਬਿਲਕੁਲ ਜੀ ਬਿਲਕੁਲ। ਆਹ ਦੇਖੋ ਪ੍ਰੋਪਰ ਗੋਲਡਨ ਸ਼ੇਡ ਦੇ ਵਿੱਚ, ਮਤਲਬ ਸਿਰੇ ਤੋਂ ਸਿਰੇ ਨਾਲ ਡਿਜ਼ਾਈਨ ਪਿਆ ਇਹਦੇ ਵਿੱਚ ਪ੍ਰੋਪਰ ਜੀ। ਸਾਰੇ ਸਾਰੇ ਪੂਰੇ ਟੌਪ ਦੇ ਡਿਜ਼ਾਈਨ ਪਏ ਨੇ ਜੀ। ਫਲੋਰਿੰਗ ਵਾਸਤੇ ਡਿਜ਼ਾਈਨ ਆਪਣੇ ਕੋਲ ਸਿਰਾ ਸਿਰਾ। ਹੁਣ ਆਹ ਦੇਖੋ, ਲੱਗਦਾ ਜਿਵੇਂ ਅਸਲੀ ਪੱਥਰ ਲੱਗਿਆ ਹੁੰਦਾ ਜੀ। ਬਿਲਕੁਲ ਜੀ ਬਿਲਕੁਲ। ਜੋ ਜੁੜ ਕੇ ਜਮਾ ਰੇਸ਼ੇ ਮਿਲਦੇ ਆ, ਜੁੜ ਕੇ ਰੇਸ਼ ਨਾ ਰੇਸ਼ੇ, ਤਾਂ ਐ ਲੱਗੂ ਜਿਵੇਂ ਅਸਲੀ ਇਟਾਲੀਅਨ ਲੱਗਿਆ ਹੁੰਦਾ। ਬਿਲਕੁਲ ਜੀ। ਆਪਣੇ ਕੋਲ ਇਹਦੇ ਵਿੱਚ ਵੀ ਬਹੁਤ ਸਾਰੇ ਕਨਸੈਪਟ ਨੇ ਨਵੇਂ ਤੋਂ ਨਵੇਂ। ਆਹ ਦੇਖੋ, ਆਹ ਦੇਖ ਪ੍ਰੋਪਰ ਜਮਾ ਨੈਚੁਰਲ ਜਿਹਾ ਗਲੋਸ ਆ, ਜਿਵੇਂ ਸੰਗਮਰਮਰ ਦਾ ਮਾਰਬਲ ਆਉਂਦਾ ਜੀ। ਮਤਲਬ ਦੋਸਤੋ, ਮਤਲਬ ਆਪਸ਼ਨ ਤੁਹਾਡੇ ਕੋਲ ਵਾਧੂ ਆ, ਤੁਸੀਂ ਜਦੋਂ ਆ ਕੇ ਖਾਲੀ ਹੱਥ ਨਹੀਂ ਜਾਂਦੇ, ਮੇਰੀ ਇੰਨੀ ਗਰੰਟੀ ਹੈਗੀ, ਕਿਉਂਕਿ ਇੰਨਾ ਸਟੋਕ ਅਤੇ ਇੰਨੇ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਇੱਕ ਜਗ੍ਹਾ 'ਤੇ ਨਹੀਂ ਮਿਲਦੇ। ਆਪਣੇ ਕੋਲ ਇੱਕ ਛੱਤ ਥੱਲੇ ਤੁਹਾਨੂੰ ਗ੍ਰੇਨਾਈਟ, ਮਾਰਬਲ, ਸਟੋਨ, ਟਾਈਲ ਸਾਰਾ ਕੁਛ ਮਿਲੂ, ਜਿਹੜਾ ਵੀ ਕੋਠੀ ਦੇ ਵਿੱਚ ਲੱਗਦਾ। ਠੀਕ ਹੈ ਜੀ। ਆਪਣਾ ਸਟੋਨ ਲੁੱਕ ਟਾਈਲ ਆ ਗਈ ਸਾਰੀ, ਜਿਵੇਂ ਆਹ ਉੱਥੇ ਲੱਗਿਆ ਹੋਇਆ ਨਾ ਆਪਣੇ, ਅਤੇ ਇਹ ਸਾਰਾ ਸਟੋਨ ਲੁੱਕ ਦੇ ਵਿੱਚ ਆਪਾਂ ਨੂੰ ਅਲੱਗ ਅਲੱਗ ਡਿਜ਼ਾਈਨ, ਕੋਈ ਜਿਵੇਂ ਬ੍ਰਿਕ ਫੇਸ ਦੀ ਲੁੱਕ ਦੇਣੀ ਚਾਹੁੰਦੇ ਹਾਂ ਤਾਂ ਉਹ ਵੀ ਤੁਹਾਨੂੰ ਮਿਲ ਜੂਗੀ। ਸਾਰਾ ਕੁਛ ਆਪਣੇ ਕੋਲ ਲੱਗਿਆ ਹੋਇਆ ਜੀ ਜੀ। ਕਸਟਮਰ ਨੂੰ ਕਿਤੇ ਜਾਣ ਦੀ ਲੋੜ ਨਹੀਂ, ਇੱਕ ਵਾਰੀ ਇੱਥੇ ਆ ਗਿਆ ਤਾਂ ਸਾਰਾ ਘਰ ਪੂਰਾ ਕਰਕੇ ਦੇਵਾਂਗੇ ਅਸੀਂ। ਠੀਕ ਹੈ ਜੀ। ਲੈ ਵੀ ਦੋਸਤੋ, ਏ ਟੂ ਜੈਡ ਤੁਸੀਂ ਜੋ ਵੀ ਲੈਣਾ ਚਾਹੁੰਦੇ ਬਾਈ, ਆਪਾਂ ਹੁਣ ਮਾਰਬਲ ਦਾ ਵੀ ਦਿਖਾਈਏ। ਹਾਂਜੀ ਹਾਂਜੀ, ਆ ਜਾਓ ਉੱਧਰ ਵੀ ਜ਼ਰੂਰ ਗੇੜਾ ਮਰਵਾਈਏ। ਆਹ ਦੇਖੋ ਤੁਸੀਂ ਚੀਜ਼ਾਂ ਦੇਖੋ ਸਾਡੀਆਂ ਲੱਗੀਆਂ ਹੋਈਆਂ ਜੀ। ਦੇਖੋ ਪ੍ਰੋਪਰ ਕੋਈ ਬੰਦਾ ਪਛਾਣ ਜੇ ਵੀ ਕੀ ਲੱਗਿਆ ਜੀ। ਆਹ ਦੇਖੋ ਦੋਸਤੋ, ਆਹ ਡਿਜ਼ਾਇਨ ਤਾਂ ਅਸੀਂ ਦਿਖਾਉਣ ਵਾਲੇ ਰਹਿੰਦੇ ਨੇ, ਇਹ ਹੁਣ ਤੁਸੀਂ ਆ ਕੇ ਦੇਖਣਾ, ਕਿਉਂਕਿ ਤੁਸੀਂ ਸਿਲੈਕਟ ਕਰਨਾ ਚੀਜ਼ ਨੂੰ। ਅਤੇ ਪਰ ਮੇਨ ਜੋ ਆਪਣੀ ਇੱਕ ਨੀਡ ਹੁੰਦੀ ਹੈ ਯਾਰ, ਵੀ ਕਿਤੇ ਜਾਈਏ ਸਾਨੂੰ ਸਾਰਾ ਕੁਛ ਮਿਲ ਜੇ ਇੱਕ ਥਾਂ, ਹਾਂਜੀ ਹਾਂਜੀ, ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲੂਗਾ, ਸਾਰਾ ਕੁਛ ਮਿਲੂਗਾ ਜੀ, ਜਿਹੜਾ ਵੀ ਚੀਜ਼ ਤੁਹਾਡੀ ਕੋਠੀ 'ਚ ਲੱਗਣਾ ਜੀ। ਦੋਸਤੋ, ਟਾਈਲਾਂ ਦਾ ਸ਼ੋਰੂਮ ਤੁਹਾਨੂੰ ਸਾਰਾ ਦਿਖਾਤਾ, ਨਾਲ ਹੁਣ ਮਾਰਬਲ ਅਤੇ ਗ੍ਰੇਨਾਈਟ ਵੀ ਬਾਈ ਉਹਨਾਂ ਕੋਲ ਪੂਰੇ ਵੱਡੇ ਪੱਧਰ 'ਤੇ ਪਿਆ ਬਾਈ। ਮਾਰਬਲ ਅਤੇ ਗ੍ਰੇਨਾਈਟ ਦੀ ਕਿਹੜੀ ਕਿਹੜੀ ਆਪਣੇ ਕੋਲ ਜਿਹੜੀ ਵਰਾਇਟੀ ਪਈ? ਆਪਣੇ ਕੋਲ ਵੀਰੇ ਗ੍ਰੇਨਾਈਟ ਦੇ ਸਾਰੇ ਕਲਰ ਪਏ ਹੈ, ਆਲਮੋਸਟ ਜਿੰਨੇ ਕਲਰ ਸਾਊਥ ਦੇ, ਬੈਂਗਲੋਰ, ਹੈਦਰਾਬਾਦ, ਖੰਮਮ, ਤੇਲੰਗਾਨਾ ਦੇ ਵਿੱਚ ਨਿਕਲਦੇ ਹੈ, ਸਾਰੇ ਕਲਰ ਆਪਣੇ ਕੋਲ ਲੱਗੇ ਹੋਏ ਪਏ ਨੇ ਜੀ। ਜਿਵੇਂ ਆਪਾਂ ਗੱਲ ਕਰੀਏ ਰਾਜਸਥਾਨ ਦੀ, ਰਾਜਸਥਾਨ ਦਾ ਗ੍ਰੇਨਾਈਟ ਥੋੜ੍ਹਾ ਹਲਕਾ ਐਜ਼ ਕੰਪੇਅਰ ਟੂ ਸਾਊਥ। ਠੀਕ ਹੈ ਜੀ। ਸਾਊਥ ਦਾ ਗ੍ਰੇਨਾਈਟ ਥੋੜ੍ਹਾ ਜਿਹਾ ਜਿਵੇਂ ਆਪਾਂ ਕਹਿੰਦੇ ਸਟਰੋਂਗ ਹੈ, ਡਿਊਰੇਬਿਲਟੀ ਹਾਈ ਹੈ ਅਤੇ ਮਜ਼ਬੂਤੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਰਾਜਸਥਾਨ। ਠੀਕ ਹੈ ਜੀ। ਜਿਵੇਂ ਕਿਚਨ ਟੋਪਸ ਵਾਸਤੇ ਆਪਣੇ ਕੋਲ ਪ੍ਰੋਪਰ ਔਨ ਐਕਸ ਵਾਈਡ ਦੇ ਵਿੱਚ ਪ੍ਰੋਪਰ ਸ਼ੇਡ ਨੇ ਸਾਰੇ ਜੀ। ਜਿਵੇਂ ਚਿੱਟਾ ਚਿੱਟਾ ਐਂ ਲੱਗੂ, ਜਿਵੇਂ ਮਾਰਬਲ ਚਿੱਟਾ ਲੱਗਿਆ। ਠੀਕ ਹੈ ਜੀ। ਇਹਦੇ ਵਿੱਚ ਦੀ ਪ੍ਰੋਪਰ ਤੁਸੀਂ ਲਾਈਟਾਂ ਲਾ ਲਓ ਨੀਚੇ, ਆਹ ਫੋਨ ਕੱਢ ਕੇ ਤੁਹਾਨੂੰ ਲਾਈਟ ਮਾਰ ਕੇ ਦਿਖਾਉਣਾ। ਠੀਕ ਹੈ ਜੀ। ਆਹ ਦੇਖੋ। ਅੱਛਾ, ਆਰ ਪਾਰ ਦਿੰਦਾ ਜੀ? ਹਾਂਜੀ ਹਾਂਜੀ, ਚਾਹੇ ਨੀਚੇ ਲਾਈਟਾਂ ਲਾ ਦਿਓ। ਕਿਆ ਬਾਤ ਹੈ, ਕੈਨੇਡਾ ਅਮਰੀਕਾ ਵਾਲੀ ਫੀਲਿੰਗ ਤੁਹਾਨੂੰ ਮਾਨਸਾ ਜੀ ਦਵਾ ਦਾਂਗੇ। ਕਿਆ ਬਾਤ ਹੈ ਜੀ, ਲਓ ਵੀ ਸਰੇ ਕੰਮਾਂ ਅਤੇ ਚੀਜ਼ਾਂ ਇਕੱਲੀ ਇਕੱਲੀ ਘੈਂਟ ਤੋਂ ਘੈਂਟ ਪਈ ਹੈਗੀ। ਅਤੇ ਹੋਰ ਬਾਈ ਕੋਈ ਵੱਖਰੇ ਜਿਹੜੇ, ਜਿਵੇਂ ਆਹ ਚੀਜ਼ ਲਾਓ, ਇਟਾਲੀਅਨ ਲਾਓ, ਲੋਬੀ ਦੇ ਵਿੱਚ ਪ੍ਰੋਪਰ ਲੱਗਿਆ, ਪਤਾ ਲੱਗੂ ਵੀ ਕੁਛ ਲੱਗਿਆ ਹੋਇਆ ਜੀ। ਠੀਕ ਹੈ ਜੀ। ਇਹਦੇ ਵਿੱਚ ਵੀ ਲਾਈਟ ਆਰ ਪਾਰ ਹੋਊਗੀ ਜੀ, ਇਹ 'ਚ ਵੀ ਲਾਈਟ ਆਰ ਪਾਰ। ਹਾਂਜੀ ਹਾਂਜੀ, ਠੀਕ ਹੈ ਜੀ। ਹੁਣ ਜਿਵੇਂ ਆਹ ਦੇਖੋ, ਆਹ ਸਾਊਥ ਬੈਂਗਲੋਰ ਦੇ ਕਲਰ ਪਏ ਹੈ ਜੀ, ਆਹ ਬਲੈਕ ਕਲਰ ਹੋ ਗਿਆ, ਆਹ ਕਿ ਸਾਊਥ ਦਾ ਓਰਿਜਨਲ ਕਲਰ ਹੋ ਗਿਆ ਜੀ ਜੀ। ਜਿਵੇਂ ਆਹ ਦੇਖੋ ਜਮਾ ਪ੍ਰੋਪਰ ਟੈਲੀਫੋਨ ਬਲੈਕ ਪਿਆ ਜੀ। ਠੀਕ ਹੈ ਜੀ। ਬਹਿ ਕੇ ਦੇਖੋ ਵੀ ਦਿਖਦੀ ਹੈ ਸ਼ਕਲ ਪੱਥਰ ਵੀ ਦੀ? ਬਿਲਕੁਲ ਜੀ ਬਿਲਕੁਲ ਦਿਖਦੀ ਹੈ। ਹਾਂਜੀ, ਉਹੀ ਚੀਜ਼ਾਂ ਕਰਨੀਆਂ ਆਪਾਂ, ਸ਼ੀਸ਼ੇ ਲਾਉਣ ਦੀ ਲੋੜ ਹੀ ਰੱਖਣੀ ਆਪਾਂ। ਆਹ ਦੇਖੋ ਸਾਊਥ ਬਲੈਕ ਪ੍ਰੋਪਰ, ਪਤਾ ਲੱਗੇ ਵੀ ਕੁਛ ਲੱਗਿਆ ਹੋਇਆ ਜੀ ਵੱਖਰਾ। ਬਿਲਕੁਲ ਜੀ ਬਿਲਕੁਲ, ਸਾਰੇ ਤਰ੍ਹਾਂ ਦੇ ਕਲਰ, ਮਤਲਬ ਆਪਸ਼ਨ ਸਾਰੇ ਕਲਰ ਆਪਣੇ ਕੋਲ। ਤੁਸੀਂ ਇੱਥੇ ਸਾਡੇ ਕੋਲ ਆ ਕੇ ਡਿਮਾਂਡ ਕਰੋ, ਕਲਰ ਕਿਹੜਾ ਚਾਹੀਦਾ ਉਹ ਦੇਵਾਂਗੇ ਤੁਹਾਨੂੰ। ਜਿਹੜਾ ਮਰਜ਼ੀ ਰੰਗ ਲੈ ਲਓ, ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ,
ਇਕੱਲੇ ਅਸੀਂ ਗੱਲਾਂ ਨਹੀਂ ਮਾਰਦੇ, ਸਾਡੇ ਕੋਲ 250 ਕਲਰ ਜੇ ਤੁਸੀਂ ਕਹੋ ਗਿਣਿਆ ਤਾਂ ਅਸੀਂ ਗਿਣਿਆ ਦਾਂਗੇ। 250 ਕਲਰ ਲੱਗਿਆ ਹੋਇਆ, ਲਾਲ, ਪੀਲਾ, ਹਰਾ, ਨੀਲਾ, ਚਿੱਟਾ, ਜਿਹੜਾ ਮਰਜ਼ੀ ਲਓ, ਸਾਰੇ ਕਲਰ ਲੱਗੇ ਹੋਏ ਨੇ। ਠੀਕ ਹੈ ਜੀ। ਆਹ ਦੇਖੋ ਪ੍ਰੋਪਰ ਗ੍ਰੇ ਕਲਰ ਦੇ ਵਿੱਚ ਇਹਦਾ ਟੱਚ ਦੇਖੋ, ਜਮਾਂ ਲੈਦਰ ਲੁੱਕ ਹੈ, ਲੈਦਰ ਟੈਕਸਚਰ ਹੈ ਨਾ ਬਈ, ਟੈਕਸਚਰ ਨਾ, ਇਹਦੇ ਰੇਤਾ ਖੜੇ, ਨਾ ਮਿੱਟੀ ਖੜੇ, ਨਾ ਘੱਟਾ ਖੜੇ, ਨਾ ਤਿਲਕਣ ਹੋਵੇ, ਨਾ ਤਿਲਕਣ ਹੋਵੇ, ਬਿਲਕੁਲ। ਇਹਦੇ ਵਿੱਚ ਜਦੋਂ ਪੱਟੀਆਂ ਪਾ ਦੀਆਂ ਆਪਾਂ ਤਾਂ ਘਰ ਨੂੰ ਹੋਟਲ ਬਣਾ ਦਾਂਗੇ ਜੀ। ਆਹ ਦੇਖੋ ਕਲਰ ਦੇਖੋ, ਸਾਊਥ ਬੈਂਗਲੌਰ ਦੇ। ਤੇ ਹੁਣ ਖਾਸ ਕਰਕੇ ਦੋਸਤੋ, ਜਿਵੇਂ ਬਾਈ ਨੇ ਪਹਿਲੀ ਦੱਸਤਾ ਵੀ ਜਿਹੜੇ ਸਾਊਥ ਵਾਲੇ ਆ ਉਹ ਜ਼ਿਆਦਾ ਹਾਰਡ ਹੁੰਦੇ ਨੇ, ਇਸ ਕਰਕੇ ਵਰਾਇਟੀ ਸਾਊਥ ਵਾਲੀ ਬਾਈ ਉਹਨਾਂ ਕੋਲ ਜ਼ਿਆਦਾ ਗਈ। ਆਪਾਂ ਮੋਸਟਲੀ ਕੰਮ ਆਪਾਂ ਨਾ ਹੀ ਕੰਮ ਉਹ ਕਰਕੇ ਰਾਜੀ ਹਾਂ ਜਿਹੜਾ ਲੋਕ ਕਹਿਣ ਵੀ ਹਾਂਜੀ ਵੀ ਮਾਨਸਾ ਤੋਂ ਪੱਥਰ ਲੈ ਕੇ ਆਏ ਸੀ ਹਰਦੇਵ ਵਾਲਿਆਂ ਤੋਂ ਜੀ। ਤੇ ਲਓ ਆਹ ਕਲਰ ਦੇਖੋ ਜੀ, ਹਨੀ ਬਲੂ ਕਲਰ ਹੈ, ਲੱਗਿਆ ਹੋਇਆ ਪੂਰਾ ਜਾਨ ਬਾਦੂ ਕੋਠੀ ਦੇ ਵਿੱਚ ਜੀ। ਇਹਦੇ ਵਿੱਚ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਹੈ ਜੀ ਜੀ। ਆਹ ਸਿਲਵਰ ਕਲਰ ਆ ਗਿਆ, ਆਹ ਗ੍ਰੇ ਕਲਰ ਆ ਗਿਆ, ਦੂਰੋਂ ਦੇਖ ਸਕਦੇ ਹੋ ਆਹ ਸਾਰਾ ਮਾਰਬਲ ਪਿਆ, ਸਾਰਾ ਗ੍ਰੇਨਾਈਟ। ਠੀਕ ਹੈ ਜੀ, ਜਿਹੜੀ ਮਰਜ਼ੀ ਤੁਸੀਂ ਵਰਾਇਟੀ ਲੈ ਜਾਓ ਮਿੱਤਰੋ, ਸਾਰਾ ਕੁਛ ਮਿਲੂਗਾ ਏ ਟੂ ਜ਼ੈਡ, ਜਿਵੇਂ ਪਹਿਲਾਂ ਵੀ ਆਪਾਂ ਦੱਸਿਆ ਹੈਗਾ ਬਾਈ ਜੀ। ਬਹੁਤ ਵਧੀਆ ਲੱਗਿਆ, ਬਹੁਤ ਤਰੀਕੇ ਨਾਲ ਤੁਸੀਂ ਸਮਝਾਇਆ ਸਾਰਾ। ਹੁਣ ਬਾਈ ਆਰਡਰ ਦੀ ਗੱਲ ਆ ਜਾਂਦੀ ਹੈ ਵੀ ਕੋਈ ਜਿਵੇਂ ਬਾਹਰੋਂ ਵੀ ਮਿੱਤਰ ਲੈਣੇ ਚਾਹੁੰਦੇ, ਚਲੋ ਜਿਹੜੇ ਪੰਜਾਬ ਇੰਡੀਆ ਵਾਲੇ ਨੇ ਉਹ ਤਾਂ ਵੇਟ ਕਰ ਲੈਣਗੇ, ਪਰ ਕਈ ਵਾਰ ਮਿੱਤਰ ਕੋਈ ਕੈਨੇਡਾ ਅਮਰੀਕਾ ਤੋਂ ਵੀ ਕਹਿੰਦੇ ਆ ਵੀ ਯਾਰ ਅਸੀਂ ਆਪਣਾ ਸਰ ਹੁਣ ਵਰਲਡ ਵਾਈਡ ਕੰਮ ਸਟਾਰਟ ਹੋ ਗਿਆ, ਹੁਣ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਵੀ ਤੁਸੀਂ ਟਾਈਲ ਮੰਗਵਾਉਣਾ ਚਾਹੁੰਦੇ ਹੋ ਅਸੀਂ ਭੇਜਦੇ ਹਾਂ। ਹੁਣ ਸਾਡੀ ਸ਼ਿਪਮੈਂਟ ਚੱਲ ਰਹੀ ਹੈ ਅਮਰੀਕਾ ਦੀ ਚੱਲ ਰਹੀ ਹੈ ਅਤੇ ਕੈਨੇਡਾ ਐਡਮਿੰਟਨ ਦੀ ਚੱਲ ਰਹੀ ਹੈ ਜੀ। ਉਹ ਆਪਾਂ ਅਗਲੇ ਐਪੀਸੋਡ 'ਚ ਤੁਹਾਨੂੰ ਕੰਟੇਨਰ ਕਿੱਦਾਂ ਲੋਡ ਕੀਤਾ ਜਾਂਦਾ ਸਾਰਾ ਤੁਹਾਨੂੰ ਦਿਖਾਵਾਂਗੇ ਆਪਾਂ। ਤੁਹਾਨੂੰ ਕੈਨੇਡਾ ਦੇ ਬਹੁਤ ਘੱਟ ਰੇਟਾਂ ਦੇ ਵਿੱਚ ਤੁਹਾਨੂੰ ਇੱਥੋਂ ਟਾਇਲ ਭੇਜ ਦਿੱਤੀ ਜਾਊਗੀ, ਵਿੱਚੇ ਤੁਹਾਡਾ ਫਰਨੀਚਰ ਆ ਜਾਏਗਾ, ਵਿੱਚੇ ਕੋਈ ਹੋਰ ਘਰ ਦੀ ਆਈਟਮ ਨੇ ਐਂਟੀਕ, ਉਹ ਵੀ ਸਾਰਾ ਇੱਧਰੋਂ ਹੀ ਭੇਜ ਦਿੱਤਾ ਜਾਵੇਗਾ ਤੁਹਾਨੂੰ। ਠੀਕ ਹੈ ਬਾਈ, ਪ੍ਰੋਪਰ ਵੀਡੀਓ ਕਾਲ ਦੇ ਵਿੱਚ ਤੁਹਾਨੂੰ ਪਸੰਦ ਕਰਾ ਦਿੱਤਾ ਜਾਵੇਗਾ। ਠੀਕ ਹੈ ਬਾਈ ਜੀ, ਅਤੇ ਬਾਈ ਜੀ ਅਖੀਰ 'ਤੇ ਲੋਕੇਸ਼ਨ ਜ਼ਰੂਰ ਦੱਸ ਦੀ ਜਿਹੜੇ ਇੱਥੋਂ ਵਾਲੇ ਮਿੱਤਰ। ਆਪਣਾ ਜੀ ਮਾਨਸਾ ਸ਼ੋਰੂਮ ਬਣਿਆ ਹੋਇਆ ਮਾਨਸਾ ਕੈਂਚੀਆਂ ਦੇ, ਚੰਡੀਗੜ੍ਹ ਹਾਈਵੇ 'ਤੇ, ਹਰਦੇਵ ਮਾਰਬਲ ਇੰਡਸਟਰੀਜ਼। ਤੁਸੀਂ ਗੂਗਲ ਮੈਪਸ 'ਤੇ, ਗੂਗਲ 'ਤੇ ਹਰਦੇਵ ਮਾਰਬਲ ਭਰ ਦਿਓ, ਆਪਣੇ ਆਪ ਆ ਜਾਏਗਾ। ਠੀਕ ਹੈ ਜੀ, ਡਾਇਰੈਕਸ਼ਨ ਆਪਣੇ ਆਪ ਲੈ ਲੇਗਾ ਜੀ। ਬਾਕੀ ਜੇ ਕਿਸੇ ਨੂੰ ਫਿਰ ਵੀ ਸਮਝ ਨਹੀਂ ਆਉਂਦਾ, ਵੀਡੀਓ ਦੇ ਉੱਪਰ ਸਾਡਾ ਨੰਬਰ ਦਿੱਤਾ ਹੋਇਆ, ਉੱਥੇ ਫੋਨ ਕਰਕੇ ਕਹੋ, ਤੁਹਾਨੂੰ ਵਟਸਐਪ 'ਤੇ ਨਾਲ ਦੀ ਨਾਲ ਤੁਹਾਨੂੰ ਲੋਕੇਸ਼ਨ ਭੇਜ ਦਿੱਤੀ ਜਾਊਗੀ ਜੀ। ਅਤੇ ਬਾਈ ਜੀ ਬਹੁਤ ਬਹੁਤ ਧੰਨਵਾਦ, ਅਤੇ ਬਹੁਤ ਵਧੀਆ ਲੱਗਿਆ।